ईडी दे वल्लों समन जारी कर दिता गया। आम आदमी पार्टी दे पहला तो ही दो नेता जिहड़े ने ओह गिरफ्तारी जिहड़ी उन्हां दी होई है जेल दे विच इस वेले बंद ने। ते हुण वड्डा सवाल खड़ा हो रहा है कि ईडी दे वल्लों जो समन जारी किया गया उस तो बाद दिल्ली दी शराब नीति नूं लै के अरविंद केजरीवाल दी भी गिरफ्तारी हो सकती है। ਜਿਹੜੇ ਪ੍ਰਾਈਵੇਟ ਠੇਕੇਦਾਰਾਂ ਨੂੰ ਜਿਹੜੀਆਂ ਦੁਕਾਨਾਂ ਵਾ ਭਾਵ ਠੇਕੇ ਜਿਹੜੇ ਦਿੱਤੇ ਜਾਣਗੇ, ਪਹਿਲਾਂ ਜ਼ਿਆਦਾ ਸਰਕਾਰੀ ਅੱਧੇ ਤੌਰ 'ਤੇ ਹੀ ਸਾਰਾ ਕੁਛ ਚੱਲਦਾ ਸੀ। ਉਹਦੇ ਵਿੱਚ ਇਹ ਸੀ ਸਰਕਾਰ ਦਾ ਇਹ ਕਹਿਣਾ ਸੀ ਕਿ ਉਹਦੇ ਤੋਂ ਸਾਨੂੰ ਜਿਹੜਾ ਵਾ ਰੈਵਨਿਊ ਜ਼ਿਆਦਾ ਆਊਗਾ ਅਤੇ ਜ਼ਿਆਦਾ ਲੋਕਾਂ ਤੱਕ ਪਹੁੰਚੂ, ਭਾਵ ਲੋਕ ਸਟਾਫ ਵੱਧ ਪੀਣਗੇ, ਇਹੀ ਹੈ ਤਾਂ ਹੀ ਜਿਹੜਾ ਰੈਵਨਿਊ ਵਧਣਾ ਵਾ। ਅਤੇ ਉਹਦੇ ਵਿੱਚ ਇਹ ਸੀਗਾ ਵੀ ਜਿਹੜੀ ਰਾਜਪਾਲ ਤੋਂ ਮਨਜ਼ੂਰੀ ਨਹੀਂ ਲਈ ਗਈ, ਜਿੱਥੋਂ ਅਸਲ ਦੇ ਵਿੱਚ ਵਿਵਾਦ ਇਹ ਵੱਧਦਾ ਵਾ। ਅਤੇ ਮੁੜ ਕੇ ਗਾਂਹ ਦੀ ਗਾਂਹ ਜਦੋਂ ਪਰਤਾਂ ਖੋਲੀਆਂ ਗਈਆਂ ਨੇ ਉਹਦੇ ਵਿੱਚ ਇਹ ਇਲਜ਼ਾਮ ਲੱਗਿਆ ਕਿ 144 ਕਰੋੜ ਦਾ ਜਿਹੜਾ ਘਪਲਾ ਹੋਇਆ ਸਰਕਾਰ ਨੂੰ, ਘੱਟ ਪੈਸੇ ਆਏ ਨੇ ਜਿਹੜੀ ਆਮ ਆਦਮੀ ਪਾਰਟੀ ਨੇ ਨੀਤੀ ਅਪਣਾਈ। ਇਹਨੂੰ ਰਾਜਨੀਤਿਕ ਰੰਗ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਕਿ ਹੋਰ ਕੋਈ ਵਿਰੋਧੀ ਪਾਰਟੀ ਖਾਸ ਰਹੀ ਨਹੀਂ, ਕਾਂਗਰਸ ਵੀ ਉਸ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਹੈ। ਅਤੇ ਜਦੋਂ ਤੋਂ ਖਾਸ ਕਰਕੇ ਜਿਹੜਾ ਇੰਡੀਆ ਗਠਬੰਧਨ ਬਣਿਆ ਵਾ ਉਹ ਤੋਂ BJP ਉਹਨਾਂ ਦੇ ਲੀਡਰਾਂ ਦੇ ਖਿਲਾਫ ਕਾਫੀ ਕੁਛ ਲੈ ਕੇ ਆ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਉਸ ਗਠਬੰਧਨ ਨੂੰ ਜਿਹੜਾ ਖਿਡਾ ਬਣਾ ਦਿੱਤਾ ਜਾਵੇ ਜਾਂ ਉਹਨਾਂ ਦੇ ਲੀਡਰਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਉਹ BJP ਦੇ ਵਾਸਤੇ ਸਿਰਦਰਦੀ ਨਾ ਬਣਨ, ਉਹਨਾਂ ਦੇ ਮੁਕਾਬਲੇ ਦੇ ਵਿੱਚ ਨਾ ਆ ਜਾਣ ਕਿ BJP ਦੀ ਸਰਕਾਰ ਜਿਹੜੀ ਆ ਜਾਂਦੀ ਰਹੇ ਅਤੇ ਉਹਨਾਂ ਦੀ ਸਰਕਾਰ ਆ ਜਾਏ। ਇਸ ਕਰਕੇ ਜਿਹੜਾ ਇਹ ਸਾਰੇ ਨੂੰ ਸਿਆਸੀ ਨਜ਼ਰ ਦੇ ਨਾਲ ਹੀ ਦੇਖਿਆ ਜਾ ਰਿਹਾ। ਇਸ ਦੇ ਚੱਲਦਿਆਂ ਪਹਿਲਾਂ ਉਪ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੁੰਦੀ ਹੈ ਮਨੀਸ਼ ਸਿਸੋਦੀਆ ਦੀ, ਫਿਰ ਬਾਅਦ ਦੇ ਵਿੱਚ MP ਸੰਜੇ ਸਿੰਘ ਗ੍ਰਿਫਤਾਰ ਕੀਤੇ ਜਾਂਦੇ ਨੇ। ਤੇ ਪਹਿਲਾਂ ਤੋਂ ਹੀ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ, ED ਦੇ ਸੰਮਣ ਤੋਂ ਪਹਿਲਾਂ ਹੀ ਇਹ ਆਵਾਜ਼ਾਂ ਉੱਠਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਵੀ 2 ਨਵੰਬਰ ਨੂੰ ਜਦੋਂ ਉੱਥੇ ED ਦੇ ਦਫ਼ਤਰ ਦੇ ਵਿੱਚ ਮੌਜੂਦ ਹੋਣਗੇ ਉਸ ਤੋਂ ਬਾਅਦ ਉਸਦੀ ਗ੍ਰਿਫਤਾਰੀ ਹੋ ਸਕਦੀ ਹੈ। ਵੱਡਾ ਸਵਾਲ ਇੱਥੇ ਇਹ ਨਹੀਂ ਖੜਾ ਹੁੰਦਾ ਕਿ ਸਿਆਸਤ ਜੋ ਪੱਖੀ ਨਜ਼ਰ ਆ ਰਹੀ ਹੈ ਇਹ ਸਿਆਸੀ ਰੰਗ ਹੀ ਹੈ ਕਿ ਭਾਜਪਾ ਦੇ ਵੱਲੋਂ ਜਾਣ ਬੁੱਝ ਕੇ ਇਹ ਸਾਜਿਸ਼ ਰਚੀ ਜਾ ਰਹੀ ਹੈ। BJP ਅੱਗੇ ਵੱਧ ਰਹੀ ਆ। ਜੋ ਔਰੰਗਜ਼ੇਬ ਦਾ ਰਾਜ ਸੀਗਾ ਉਹਦਾ ਇਹੀ ਵੀ ਮੈਂ ਇਕੱਲਾ ਮੁਸਲਮਾਨ ਧਰਮ ਹੀ ਰਹਿਣ ਦੇਣਾ, ਬਾਕੀ ਸਾਰੇ ਖਤਮ ਕਰ ਦੇਣੇ ਆ। ਅਤੇ ਹੁਣ ਜੇ BJP ਵੀ ਉਸੇ ਰਾਹ 'ਤੇ ਤੁਰ ਪੈਂਦੀ ਆ, ਕਹਿੰਦੀ ਵੀ ਇੱਕ ਰਾਸ਼ਟਰ ਇੱਕ ਬੋਲੀ ਅਤੇ ਕੱਲ੍ਹ ਨੂੰ ਇਹ ਵੀ ਕਹਿ ਸਕਦੀ ਆ ਵੀ ਇੱਕ ਪਾਰਟੀ, ਉਸ ਪਾਸੇ ਵੱਲ ਨੂੰ ਉਸ ਦੌਰ ਵੱਲ ਨੂੰ ਜਿਹੜਾ ਭਾਰਤ ਆ ਉਹ ਵੱਧ ਰਿਹਾ ਜਿਸ ਤੋਂ ਉਹਨੂੰ ਬਚਾਉਣ ਦੀ ਲੋੜ ਆ। ਪੰਜਾਂ ਸਟੇਟਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਉੱਥੇ ਨੈਗੇਟਿਵ ਪ੍ਰਭਾਵ ਵੀ ਪੈ ਸਕਦਾ ਅਤੇ BJP ਇੱਕ ਆਪਣੇ ਆਪ ਨੂੰ ਜੇਤੂ ਕਰਾਰ ਦੇ ਕੇ ਵੀ ਵੇਖੋ ਜੀ ਅਰਵਿੰਦ ਕੇਜਰੀਵਾਲ ਨੂੰ ਇਹ ਗ੍ਰਿਫਤਾਰ ਕਰ ਲਿਆ ਤਾਂ ਉਹਦੇ ਦਾਂ ਦੇ ਵੋਟਾਂ ਵੀ ਟੋਰ ਵੀ ਸਕਦੀ ਆ। ਲੋਕ ਇਸ ਤਰ੍ਹਾਂ ਦਾ ਫੈਸਲਾ ਲੈਂਦੇ ਆ ਇਹ ਤਾਂ ਲੋਕਾਂ 'ਤੇ ਨਿਰਭਰ ਆ, ਪਰ ਜਿਸ ਹਿਸਾਬ ਨਾਲ ਸਿਆਸਤ ਜਿਹੜੀ ਕੀਤੀ ਜਾ ਰਹੀ ਆ ਕਿ ਹੋਸ਼ੀ ਜਿਹੜੀ ਸਿਆਸਤ ਆ ਉਹ ਨਹੀਂ ਹੋਣੀ ਚਾਹੀਦੀ। ਸੋ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਰ ਕਿ ਪੂਰੀ ਤਰ੍ਹਾਂ ਆਪ ਨੂੰ ਖਤਮ ਕਰਨ ਦੀ ਇਹ ਸਾਜਿਸ਼ ਹੀ ਰਚੀ ਜਾ ਰਹੀ ਹੈ ਕਿ ਸਿਰਫ ਇੱਕ ਜੋ ਅਸਲ ਦਿੱਲੀ ਦੇ ਵਿੱਚ ਸ਼ਰਾਬ ਨੀਤੀ ਹੈ ਉਸ ਨੂੰ ਲੈ ਕੇ ਹੀ ਛਾਨਬੀਨ ਕੀਤੀ ਜਾ ਰਹੀ ਹੈ? ਅਗਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਕਿਉਂਕਿ ਪੂਰਾ ED ਦੀ ਇਨਵੈਸਟੀਗੇਸ਼ਨ 'ਤੇ ਪੂਰਾ ਪੈਂਦਾ ਕਿ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ, ਅਗਰ ਹੋ ਜਾਂਦੀ ਹੈ ਬਾਅਦ ਦੇ ਵਿੱਚ ਦਿੱਲੀ ਸਰਕਾਰ ਕਿੱਦਾਂ ਚੱਲੇਗੀ? ਪਰ ਇਹੀ ਸ਼ਰਾਬ ਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਸਰਕਾਰ ਨੂੰ ਆਮਦਨ ਹੋਵੇ। ਪਰ ਦੂਜਾ ਪੱਖ ਇਹ ਵੀ ਹੈ ਨਾ ਕਿ ਲੋਕ ਜਿਹੜੇ ਨੇ ਸ਼ਰਾਬ ਤੋਂ ਇੱਕ ਪਾਸੇ ਜਿੱਥੇ ਸ਼ਰਾਬ ਨਸ਼ੇ ਤੋਂ ਦੂਰ ਕਰਨੇ ਚਾਹੀਦੇ ਨੇ, ਦੂਸਰੇ ਪਾਸੇ ਐਸੀਆਂ ਪਾਲਿਸੀਆਂ ਲਿਆਈਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਸ਼ਰਾਬ ਪੀਣ ਦੇ ਵੱਲ ਧਕੇਲਿਆ ਜਾਵੇ।
ਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂਜਲੀ ਲੋਕ ਆਵਾਜ਼ ਦੇ ਵਿੱਚ ਅਕਸਰ ਹੀ ਪੱਖ ਦੇ ਮੁੱਦਿਆਂ ਤੇ ਚਰਚਾ ਕਰਦੇ ਆ ਤੇ ਅੱਜ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੱਸਿਆ ਕਿ ਈਡੀ ਦੇ ਵੱਲੋਂ ਸੰਮਨ ਜਾਰੀ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਪਹਿਲਾਂ ਤੋਂ ਹੀ ਦੋ ਨੇਤਾ ਜਿਹੜੇ ਨੇ ਉਹ ਗ੍ਰਿਫਤਾਰੀ ਜਿਹੜੀ ਉਹਨਾਂ ਦੀ ਹੋਈ ਹੈ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਨੇ ਤੇ ਹੁਣ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਈਡੀ ਦੇ ਵੱਲੋਂ ਜੋ ਸੰਮਨ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਆਖਰਕਾਰ ਇਸ ਦੇ ਪਿੱਛੇ ਕੀ ਕਾਰਨ ਨੇ ਕਿਉਂ ਇਹ ਸ਼ਰਾਬ ਨੀਤੀ ਇੰਨੀ ਚਰਚਾ ਦੇ ਵਿੱਚ ਹੈ ਇਸ ਸਭ ਵਿਸ਼ੇ ਤੇ ਅੱਜ ਅਸੀਂ ਚਰਚਾ ਕਰਾਂਗੇ ਲੋਕ ਆਵਾਜ਼ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੰਤੋਖ ਸਿੰਘ ਪੰਨੂ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਸਰ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਦਿੱਲੀ ਦੀ ਸ਼ਰਾਬ ਨੀਤੀ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਚਰਚਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ ਸਭ ਤੋਂ ਪਹਿਲਾਂ ਤਾਂ ਇਸ ਦੇ ਬਾਰੇ ਦੱਸਿਆ ਜਾਏ ਕਿ ਆਖਰਕਾਰ ਦਿੱਲੀ ਦੀ ਸ਼ਰਾਬ ਨੀਤੀ ਕੀ ਹੈ ਤੇ ਇਸ ਦੀ ਇੰਨੀ ਚਰਚਾ ਕਿਉਂ ਹੋ ਰਹੀ ਹੈ ਇਸ ਤਰ੍ਹਾਂ ਵਾ ਜਦੋਂ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਨੇ ਨਵੀਂ ਨੀਤੀ ਲਿਆਂਦੀ ਸ਼ਰਾਬ ਦੀ ਉਹ ਇਹ ਸੀ ਵੀ ਜਿਹੜੇ ਪ੍ਰਾਈਵੇਟ ਠੇਕੇਦਾਰਾਂ ਨੂੰ ਜਿਹੜੀਆਂ ਦੁਕਾਨਾਂ ਵਾ ਭਾਵ ਠੇਕੇ ਜਿਹੜੇ ਦਿੱਤੇ ਜਾਣਗੇ ਪਹਿਲਾਂ ਜ਼ਿਆਦਾ ਸਰਕਾਰੀ ਅੱਧੇ ਤੌਰ 'ਤੇ ਹੀ ਸਾਰਾ ਕੁਛ ਚੱਲਦਾ ਸੀਗਾ ਉਹਦੇ ਵਿੱਚ ਇਹ ਸੀ ਸਰਕਾਰ ਦਾ ਤਾਂ ਇਹ ਕਹਿਣਾ ਸੀ ਵੀ ਉਹਦੇ ਤੋਂ ਸਾਨੂੰ ਜਿਹੜਾ ਵਾ ਰੈਵਨਿਊ ਜ਼ਿਆਦਾ ਆਊਗਾ ਅਤੇ ਜ਼ਿਆਦਾ ਲੋਕਾਂ ਤੱਕ ਪਹੁੰਚੂ ਭਾਵ ਲੋਕ ਸ਼ਰਾਬ ਵੱਧ ਪੀਣਗੇ ਇਹੀ ਹੈ ਤਾਂ ਹੀ ਜਿਹੜਾ ਰੈਵਨਿਊ ਵਧਣਾ ਵਾ ਅਤੇ ਉਹਦੇ ਵਿੱਚ ਇਹ ਸੀਗਾ ਵੀ ਜਿਹੜੀ ਰਾਜਪਾਲ ਤੋਂ ਮਨਜ਼ੂਰੀ ਨਹੀਂ ਲਈ ਗਈ ਜਿੱਥੋਂ ਅਸਲ ਦੇ ਵਿੱਚ ਵਿਵਾਦ ਇਹ ਵੱਧਦਾ ਵਾ ਅਤੇ ਮੁੜ ਕੇ ਗਾਂਹ ਦੀਆਂ ਜਦੋਂ ਪਰਤਾਂ ਫਰੋਲੀਆਂ ਗਈਆਂ ਨੇ ਅਤੇ ਉਹਦੇ ਵਿੱਚ ਇਹ ਇਲਜ਼ਾਮ ਲੱਗਿਆ ਕਿ 144 ਕਰੋੜ ਦਾ ਜਿਹੜਾ ਘਪਲਾ ਹੋਇਆ ਸਰਕਾਰ ਨੂੰ ਘੱਟ ਪੈਸੇ ਆਏ ਨੇ ਜਿਹੜੀ ਆਮ ਆਦਮੀ ਪਾਰਟੀ ਨੇ ਨੀਤੀ ਅਪਣਾਈ ਆ ਵੱਖ ਵੱਖ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਠੇਕੇ ਦੇ ਦਿੱਤੇ ਗਏ ਏਅਰਪੋਰਟ ਦੇ ਲਾਗੇ ਜਿਹੜੇ ਠੇਕੇ ਦਿੱਤੇ ਗਏ ਉਹਨਾਂ ਦੇ ਬਾਰੇ ਵੀ ਬੜੀ ਚਰਚਾ ਰਹੀ ਆ ਕਿਉਂਕਿ ਉਹਨਾਂ ਦੀ ਜਿਹੜੀ ਜਮ੍ਹਾਂ ਫੀਸ ਕਰਾਉਂਦੇ ਨੇ ਉਹ ਵੀ ਵਾਪਸ ਕਰਤੀ ਸੀ ਸ਼ਾਇਦ ਉਹ 30 ਕਰੋੜ ਦੇ ਲਗਭਗ ਸੀਗੀ ਅਤੇ ਇਸ ਤਰ੍ਹਾਂ ਇਹ ਸੀਗਾ ਵੀ ਮੁੜ ਕੇ ਸਰਕਾਰ ਨੇ ਉਹ ਨੀਤੀ ਵਾਪਸ ਲੈ ਲਈ 2022 ਦੇ ਵਿੱਚ ਜਿਹੜੀ ਪਹਿਲਾਂ ਵਾਲੀ ਨੀਤੀ ਸੀ ਉਹੀ ਲਾਗੂ ਕਰਤੀ ਪਰ ਜਿਹੜਾ ਇਹ ਸਾਰਾ ਮਸਲਾ ਸੀਗਾ ਇਹ ਵਾਦ ਵਿਵਾਦ ਦਾ ਕੇਂਦਰ ਬਣ ਗਿਆ ਉਹਦੇ ਵਿੱਚ ਕੁਝ ਬੰਦਿਆਂ ਨੇ ਇਹ ਇਲਜ਼ਾਮ ਲਾਏ ਕਿ ਜਿਹੜੇ ਪੈਸੇ ਉੱਥੋਂ ਕਮਾਏ ਗਏ ਨੇ ਜਾਂ ਆਮ ਆਦਮੀ ਪਾਰਟੀ ਨੇ ਲਏ ਨੇ ਉਹਨਾਂ ਦੇ ਲੀਡਰਾਂ ਨੇ ਲਏ ਨੇ ਉਹ ਜਿਹੜੀਆਂ ਦਿੱਲੀ ਦੀਆਂ ਚੋਣਾਂ ਸੀ ਉਹਦੇ ਵਿੱਚ ਵਰਤੇ ਗਏ ਨੇ ਹੁਣ ਅਸਲੀਅਤ ਕੀ ਆ ਹੁਣ ਕਿਉਂਕਿ ਦੋ ਬੰਦੇ ਜੇਲ੍ਹ ਦੇ ਵਿੱਚ ਨੇ ਇਨਕੁਆਇਰੀ ਸਾਰੀ ਚੱਲ ਰਹੀ ਆ ਅਤੇ ਹੁਣ ਜਿਹੜਾ ਸੁਪਰੀਮੋ ਆ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਉਸਨੂੰ ਵੀ ਜਿਹੜੇ ਸੰਮਨ ਕੀਤੇ ਗਏ ਨੇ ਅਤੇ ਇਹ ਹਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਬਹੁਤ ਵੱਡਾ ਘਪਲਾ ਹੋਇਆ ਵਾ ਕਿਉਂਕਿ ਜਿੰਨਾ ਚਿਰ ਪੂਰੀ ਸੱਚਾਈ ਸਾਹਮਣੇ ਨਹੀਂ ਆਉਂਦੀ ਕਿਉਂਕਿ ਇਹਨੂੰ ਰਾਜਨੀਤਿਕ ਰੰਗ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਕਿ ਹੋਰ ਕੋਈ ਵਿਰੋਧੀ ਪਾਰਟੀ ਖਾਸ ਰਹੀ ਨਹੀਂ ਕਾਂਗਰਸ ਵੀ ਉਸ ਵਾਲੀ ਪੋਜੀਸ਼ਨ ਦੇ ਵਿੱਚ ਨਹੀਂ ਹੈ ਅਤੇ ਜਦੋਂ ਤੋਂ ਖਾਸ ਕਰਕੇ ਜਿਹੜਾ ਇੰਡੀਆ ਗਠਬੰਧਨ ਬਣਿਆ ਵਾ ਉਹ ਤੋਂ ਬੀਜੇਪੀ ਉਹਨਾਂ ਦੇ ਲੀਡਰਾਂ ਦੇ ਖਿਲਾਫ ਕਾਫੀ ਕੁਛ ਲੈ ਕੇ ਆ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਉਸ ਗਠਬੰਧਨ ਨੂੰ ਜਿਹੜਾ ਖਿੰਡਾ ਪੰਡਾਉ ਦਿੱਤਾ ਜਾਵੇ ਜਾਂ ਉਹਨਾਂ ਦੇ ਲੀਡਰਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਤਾਂ ਕਿ ਉਹ ਬੀਜੇਪੀ ਦੇ ਵਾਸਤੇ ਸਿਰਦਰਦੀ ਨਾ ਬਣਨ ਉਹਨਾਂ ਦੇ ਮੁਕਾਬਲੇ ਦੇ ਵਿੱਚ ਨਾ ਆ ਜਾਣ ਕਿ ਬੀਜੇਪੀ ਦੀ ਸਰਕਾਰ ਜਿਹੜੀ ਆਜ਼ਾਦੀ ਰਹੇ ਅਤੇ ਉਹਨਾਂ ਦੀ ਸਰਕਾਰ ਆ ਜਾਵੇ ਇਸ ਕਰਕੇ ਜਿਹੜਾ ਇਹ ਸਾਰੇ ਨੂੰ ਸਿਆਸੀ ਨਜ਼ਰ ਦੇ ਨਾਲ ਹੀ ਦੇਖਿਆ ਜਾ ਰਿਹਾ ਜੀ ਸਿਆਸਤ ਕਾਫੀ ਪੱਖੀ ਹੈ ਕਿਉਂਕਿ ਲਗਾਤਾਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਵੱਡੇ ਨੇਤਾ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਜਪਾ ਜਿਹੜੀ ਹੈ ਆਪ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਦੇ ਚੱਲਦਿਆਂ ਪਹਿਲਾਂ ਉਪ ਮੁੱਖ ਮੰਤਰੀ ਦੀ ਗ੍ਰਿਫਤਾਰੀ ਹੁੰਦੀ ਹੈ ਮਨੀਸ਼ ਸਿਸੋਦੀਆ ਦੀ ਫਿਰ ਬਾਅਦ ਦੇ ਵਿੱਚ ਐਮ ਪੀ ਸੰਜੇ ਸਿੰਘ ਗ੍ਰਿਫਤਾਰ ਕੀਤੇ ਜਾਂਦੇ ਨੇ ਅਤੇ ਪਹਿਲਾਂ ਤੋਂ ਹੀ ਇਹ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਈਡੀ ਦੇ ਸੰਮਨ ਤੋਂ ਪਹਿਲਾਂ ਹੀ ਇਹ ਆਵਾਜ਼ਾਂ ਉੱਠਦੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਵੀ 2 ਨਵੰਬਰ ਨੂੰ ਜਦੋਂ ਉੱਥੇ ਈਡੀ ਦੇ ਦਫ਼ਤਰ ਦੇ ਵਿੱਚ ਮੌਜੂਦ ਹੋਣਗੇ ਉਸ ਤੋਂ ਬਾਅਦ ਉਸਦੀ ਗ੍ਰਿਫਤਾਰੀ ਹੋ ਸਕਦੀ ਹੈ ਵੱਡਾ ਸਵਾਲ ਇੱਥੇ ਇਹ ਨਹੀਂ ਖੜਾ ਹੁੰਦਾ ਕਿ ਸਿਆਸਤ ਜੋ ਪੱਖੀ ਨਜ਼ਰ ਆ ਰਹੀ ਹੈ ਇਹ ਸਿਆਸੀ ਰੰਗ ਹੀ ਹੈ ਕਿ ਭਾਜਪਾ ਦੇ ਵੱਲੋਂ ਜਾਣ ਬੁੱਝ ਕੇ ਇਹ ਸਾਜਿਸ਼ ਰਚੀ ਜਾ ਰਹੀ ਹੈ ਇੱਕ ਨਾ ਪੰਜਾਬ ਦੀ ਕਹਾਵਤ ਆ ਸਹਿਆ ਸੀਗਾ ਉਹ ਕਿਸਾਨ ਦੇ ਖੇਤਾਂ ਦੇ ਵਿੱਚ ਹੀ ਲੰਘ ਜਾਂਦਾ ਅਤੇ ਕਿਸਾਨ ਰੋਣ ਲੱਗ ਪੈਂਦਾ ਕਿਸੇ ਨੇ ਲਾਗੋਂ ਪੁੱਛਿਆ ਵੀ ਕੀ ਗੱਲ ਆ ਉਹ ਆਉਂਦਾ ਵੀ ਮੈਂ ਸਹਿ ਨੂੰ ਨਹੀਂ ਰੋਂਦਾ ਪੈ ਨੂੰ ਰੋਂਦਾ ਭਾਵ ਕਿਉਂਕਿ ਪਹਿਲਾਂ ਸ਼ਿਕਾਰ ਕੀਤਾ ਜਾਂਦਾ ਉਦਾਂ ਹੀ ਸਹਿਆਂ ਦਾ ਅਤੇ ਉਹਦੇ ਮਗਰ ਬਹੁਤ ਸਾਰੇ ਬੰਦੇ ਜਿਹੜੇ ਭੱਜੇ ਆ ਰਹੇ ਸੀਗੇ ਵੀ ਜਦੋਂ ਉਹਨਾਂ ਨੇ ਲੰਘਣਾ ਅਤੇ ਰਾਹ 'ਤੇ ਉਹ ਪਹਿਆ ਪੈ ਜਾਣਾ ਰਸਤਾ ਪੈ ਜਾਣਾ ਅਤੇ ਉਹਦੀ ਜਿਹੜੀ ਫਸਲ ਆ ਖਰਾਬ ਹੋ ਜਾਣੀ ਆ ਇਸੇ ਤਰ੍ਹਾਂ ਹੀ ਜਿਹੜੀ ਇੱਕ ਨਵੀਂ ਪਿਰਤ ਪਾਈ ਜਾ ਰਹੀ ਨਾ ਵੀ ਜਿਹੜੇ ਵਿਰੋਧੀ ਆ ਉਹਨਾਂ ਨੂੰ ਜਿਹੜੀ ਸਰਕਾਰੀ ਮਹਿਕਮੇ ਆ ਉਹਨਾਂ ਨੂੰ ਵਰਤ ਕੇ ਦਬਾਇਆ ਜਾਵੇ ਜਿਹੜੀ ਇਹ ਪਿਰਤ ਪੈ ਰਹੀ ਆ ਕੇਂਦਰ ਦੇ ਵਿੱਚ ਇਹ ਖਤਰਨਾਕ ਆ ਇਹ ਤਾਂ ਜਿਸ ਤਰ੍ਹਾਂ ਬੀਜੇਪੀ ਅੱਗੇ ਵੱਧ ਰਹੀ ਆ ਜਦੋਂ ਔਰੰਗਜ਼ੇਬ ਦਾ ਰਾਜ ਸੀਗਾ ਉਹਦਾ ਇਹੀ ਵੀ ਮੈਂ ਇਕੱਲਾ ਮੁਸਲਮਾਨ ਧਰਮ ਹੀ ਰਹਿਣ ਦੇਣਾ ਬਾਕੀ ਸਾਰੇ ਖਤਮ ਕਰ ਦੇਣੇ ਆ ਅਤੇ ਹੁਣ ਜੇ
बीजेपी भी उसे राह तुर पी है कहती भी एक राष्ट्र एक बोली तो कल ये भी कह सकती है भी एक पार्टी उस पासे वाल उस दौर वाल जरा भारत आध रहा ज तो उन्होंने बचाने की लड़ आ विरोधी जड़िया पार्टियां वा डेमोक्रेसी विरोध कर दी होंगे तो ये कोई वड्डी गल नहीं कि जे आम आदमी पार्टी उन्होंने ये लग सकता भी भाजपा का बदलना बन जाए इस करके उन्होंने ज़्यादा दबाव की जी कोशिश की जा रही है जिस तरह भाजपा के नेतावान वालों पहले ही कहना शुरू किया जी इन्ह के सम्मन भी हो जाने तो इन्हें जेल भी चल जाना केजरीवाल ने तो एक दो दिन के सम्मन भी मिल गए भावें अरविंद केजरीवाल उत्थे पेश नहीं हुए उन्हें आपका जवाब दे दिता वा पर खतरा तो हजे भी आ किसी टाइम तो उन्होंने गिरफ्तार भी किया जा सकता जो देश के सियासी हालात ने ज्यादा गरमा सकते हैं क्योंकि पंजाब स्टेटा चोणा चल रही ने हरेक पार्टी ने उसे आपके नुमिंदे खड़े किए हैं उन्होंने प्रचार वास्ते भी जाना तो हम दो मुख्य जोड़े लीडर आम आदमी पार्टी के वो जेल के पहला ही तो जे अरविंद केजरीवाल भी जेल के भेज दिता जाता तो फिर दिल्ली के राजनीतिक संकट भी अगो लीड कौन करूगा पार्टी को यह भी संकट पैदा हो सकता तो पर जिस तरह उन्होंने दबाने की कोशिश की जा रही है बहुत सारिया जो दूसरिया पार्टियां ने उन्होंने वालों भी बयान आया भी ये सारी राजनीतिक एक साजिश आता करके केजरीवाल जरा फसाया जा रहा तो सारे मसले को जो आप भी देखते हैं राजनीतिक नज़र के नाल तो वाकई कितने ना कि बीजेपी ये जी कार्रवाई आ इस ढंग करती नज़र आती है कि हो सकता भी जिदा स्टेटा के इतों अगे दूजिया स्टेटा वाल भी वधे होर जोड़े लीडर ने उन्होंने भी कार्रवाई करके अपने विरोधियों जोड़ा वा दबाने की कोशिश इसे करके बीजेपी की जी राजनीतिक पत्तर ज्यादा लग रहा चोन प्रचार दे लई उन्होंने एमपी जाना सीगा उस तो उन्होंने रोक दिता गया ए सब जो गल्लां सामने आया ने ईडी दा समन आना या गिरफ्तारी दे सवाल खड़े होने इसका असर आने वाले समय दे विच चोणां दे विच देखण नूं मिलेगा हाँ बिल्कुल जी जे हुण अरविंद केजरीवाल गिरफ्तार कर लिया जाता तो यह चोणों का एक मुद्दा भी बनना वा दूसरी गल आ आम आदमी पार्टी को आपके प्रचार करने क्योंकि उन्होंने को मुख प्रचारक उही आ भी समस्या आनी आकों तक पहुँच किस तरह करनी आ कि लीडर अगे मुड़ के प्रचार करे एक सियासी जोड़ा मुद्दा भी बन सकता चोणों के नहीं भी बीजेपी को फायदा ही होना नुकसान भी हो सकता कि जो लोगों की सोच ही है ना लोग इस ढंग न सोच लैन भी बीजेपी वधीकी कर रही है तो वह जो नैगेटिव प्रभाव आ वह भी जिहड़ियां सरकारां ने जिहड़ियां जिते पंजां स्टेटां दे विच चोणां हो रही ने उत्थे नैगेटिव प्रभाव भी पै सकदा ते बीजेपी एक अपने आप नूं जेतू करार दे के भी वेखो जी अरविंद केजरीवाल नूं इह गिरफ्तार कर लिया तो उहदे दा ते वोटां भी टोर भी सकदी आ लोग किस तरह का फैसला लैंदे आ इह तां लोकां ते निर्भर आ पर जिस हिसाब नाल सियासत जिहड़ी कीती जा रही आ ये होशी जिहड़ी सियासत आ वो नहीं होनी चाहिए देश दे जिहड़ा अपना देश आ उहदे विच कोई ये नहीं है कि विरोधी पार्टियां मुड़ तो रही ने एक दूजे का विचार तक कभी भी नहीं मिलने है ये नहीं है कि एक पार्टी का रूल रहे तो दूसरी होर पार्टी असी कोई जन्म नहीं लैन देना जा अगे वधन नहीं देना जी केंद्र की नीति आ जी हावी दिखती है ये तो ही सारिया जगता भी जो लैटर कढ़िया गया वा अरविंद केजरीवाल को अरविंद केजरीवाल से भी इस तरह की कोई गाज डिगदी है तो सूबे वाल रुख किया जाएगा हूँ आप भी देखिया कि कई ऐसे थावां ने जिथे की आप जो आगू ने या वड्डे लीडर ने उन्होंने ठिकाणियां ते छापेमारी हो रही है सो इस नूं लैके की कहना चाहोगे सर कि पूरी तरह आप नूं खत्म करन दी साजिश ही रची जा रही है कि सिर्फ एक जो असल दिल्ली दे विच शराब नीति है उस नूं लैके ही छानबीन की जा रही है नहीं इस तरह लगता वा जिस तरह दी घटनावां वापर रही जिस तरह मोहाली तो एम एल ए सीगा आम आदमी पार्टी का उदे भी टिकाणे के छापे वजने तो होर लीडर से भी वाकई तरह लग रहा भी जिस तरह उदा बीजेपी चाहती आ भी अरविंद केजरीवाल गिरफ्तार कर लिया जाए जो दूसरे बंदे ने उन्होंने दबा लिया जाए क्योंकि जे अरविंद केजरीवाल जेल दे चले जाता तो फिर दूजा दबाना जोड़ा वा केंद्र सरकार वास्ते थोड़ा सौखा हो जाता मैनू लगता भी इस ही नीति के तहत जी बीजेपी चल रही आ इदा भी हो सकता भी बड़ा जबरदस्त जरा विरोध भी हो सकता वा
ਲੋਕਾਂ ਦੇ ਵਿੱਚ ਇਹ ਪੱਖ ਵੀ ਜਾ ਸਕਦਾ ਵੀ ਕੇਂਦਰ ਸਰਕਾਰ ਜਿਹੜੀ ਆ ਧੱਕਾ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਨਾਲ, ਇਸ ਪਾਸੇ ਨੂੰ ਵੀ ਹਾਲਾਤ ਜਾ ਸਕਦੇ ਨੇ। ਪਰ ਇਹ ਸਰਕਾਰਾਂ ਨੂੰ ਬਹੁਤ ਕੁਝ ਸੋਚਣ ਵਿਚਾਰ ਦੀ ਲੋੜ ਆ ਵੀ ਦੇਸ਼ ਦੇ ਵਿੱਚ ਜਿਹੜੇ ਰਾਜਨੀਤਿਕ ਹਾਲਾਤ ਆ ਸਥਿਰ ਨਾ ਬਣ ਜਾਣ, ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ। ਹਾਂ ਠੀਕ ਆ, ਜੇ ਕੋਈ ਦੋਸ਼ੀ ਹੈ ਤਾਂ ਅਸਲ ਦੇ ਵਿੱਚ ਉਹਦੀ ਇਨਕੁਆਇਰੀ ਹੋ ਕੇ ਸਾਰਾ ਕੁਝ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਆਪਾਂ ਇਸ ਗੱਲ ਤੋਂ ਨਹੀਂ ਕਹਿੰਦੇ ਵੀ ਜੇ ਉਹਨਾਂ ਨੇ ਕੋਈ ਘਟਾਲਾ ਕੀਤਾ ਵਿੱਚ ਤਾਂ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਪਰ ਲੱਗਦਾ ਵਾ ਵੀ ਘਟਾਲੇ ਵਾਲੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਤੇ ਰਾਜਨੀਤਿਕ ਪੱਖ ਜ਼ਿਆਦਾ ਸਾਹਮਣੇ ਆ ਰਿਹਾ। ਜੀ, ਅਗਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਕਿਉਂਕਿ ਪੂਰਾ ਈਡੀ ਦੀ ਇਨਵੈਸਟੀਗੇਸ਼ਨ ਤੇ ਪੂਰਾ ਪੈਂਦਾ ਕਿ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਕਿ ਨਹੀਂ, ਅਗਰ ਹੋ ਜਾਂਦੀ ਹੈ ਬਾਅਦ ਦੇ ਵਿੱਚ ਦਿੱਲੀ ਸਰਕਾਰ ਕਿੱਦਾਂ ਚੱਲੇਗੀ, ਕਿਵੇਂ ਸਾਰਾ ਕੰਮਕਾਜ ਹੋਣ ਵਾਲਾ? ਇਹ ਤਾਂ ਦੇਖੋ ਜੀ, ਹੁਣ ਆਮ ਆਦਮੀ ਪਾਰਟੀ ਨੇ ਸੋਚਣਾ ਵਾ ਵੀ ਉਹ ਅੱਗੇ ਕਿਹਨੂੰ ਆਗੂ ਚੁਣਦੀ ਹੈ ਜੇ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ। ਪਰ ਆਮ ਆਦਮੀ ਪਾਰਟੀ ਦੇ ਵਾਸਤੇ ਦਿੱਲੀ ਦੇ ਵਿੱਚ ਵੀ ਸਰਕਾਰ ਚਲਾਉਣ ਵਾਸਤੇ ਮੁਸ਼ਕਿਲ ਆਊਗੀ ਅਤੇ ਉਹਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ, ਕਿਉਂਕਿ ਬਾਅਦ ਦੇ ਵਿੱਚ ਭਾਵੇਂ ਲੀਡਰਾਂ ਨੂੰ ਪਤਾ ਵਾ ਵੀ ਆਪਾਂ ਨੂੰ ਵੀ ਬਹੁਤੀਆਂ ਸਜ਼ਾਵਾਂ ਨਹੀਂ ਹੁੰਦੀਆਂ, ਰਿਹਾਅ ਹੋ ਜਾਂਦੇ ਹੁੰਦੇ ਆ। ਪਰ ਇੱਕ ਵਾਰ ਤਾਂ ਸਮੱਸਿਆ ਜਿਹੜੀ ਆ ਉਹ ਪੈਦਾ ਹੋ ਜਾਂਦੀ ਆ। ਹੋਰ ਕੋਈ ਉੱਥੇ ਜਿਹੜਾ ਬਾਕੀ ਕੋਈ ਐਡਾ ਵੱਡਾ ਕੱਦਵਰ ਲੀਡਰ ਨਹੀਂ ਹੈਗਾ ਜਿਹੜਾ ਸਾਰਾ ਆਮ ਆਦਮੀ ਪਾਰਟੀ ਨੂੰ ਸੰਭਾਲ ਸਕੇ, ਅਤੇ ਸ਼ਾਇਦ ਇਸੇ ਕਰਕੇ ਹੀ ਜਿਹੜਾ ਕੇਜਰੀਵਾਲ ਨੂੰ ਕੇਂਦਰ ਸਰਕਾਰ ਜਿਹੜਾ ਪਾਸੇ ਕਰਨਾ ਚਾਹੁੰਦੀ ਆ। ਜਿਹੜੇ ਵਾਦ ਵਿਵਾਦ ਨੇ ਉੱਥੋਂ ਦੇ ਰਾਜਪਾਲ ਦੇ ਐਲ ਜੀ ਦੇ, ਉਹ ਬੜੇ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਉਦੋਂ ਤੋਂ ਲਗਾਤਾਰ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਜਿਹੜੇ ਮਤਭੇਦ ਸਾਹਮਣੇ ਉੱਭਰਦੇ ਆਏ ਆ, ਕੋਈ ਨਾ ਕੋਈ ਇਲਜ਼ਾਮ ਇੱਕ ਦੂਜੇ ਧਿਰ 'ਤੇ ਜਿਹੜਾ ਲਾਇਆ ਜਾਂਦਾ ਰਿਹਾ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਆ ਵੀ ਰਾਜਪਾਲ ਦਾ ਅਤੇ ਪੰਜਾਬ ਸਰਕਾਰ ਦਾ ਕੋਈ ਨਾ ਕੋਈ ਜਿਹੜਾ ਪੰਗਾ ਪਿਆ ਹੀ ਰਹਿੰਦਾ, ਅਤੇ ਕਈ ਵਾਰ ਇਹ ਵੀ ਲੱਗਦਾ ਹੁੰਦਾ ਵੀ ਇਹ ਜਾਣਬੁੱਝ ਕੇ ਪਾਏ ਜਾ ਰਹੇ ਨੇ, ਇਹਨਾਂ ਦਾ ਕੋਈ ਮਤਲਬ ਨਹੀਂ। ਜੇ ਵੇਖੋ ਚੁਣੀ ਹੋਈ ਵਿਧਾਨ ਸਭਾ ਕੋਈ ਆਪਦਾ ਇਜਲਾਸ ਕਰਦੀ ਆ ਅਤੇ ਇਹ 'ਚ ਕੀ ਗਿਣਾਮ ਆ ਵੀ। ਇਸ ਤਰ੍ਹਾਂ ਹੀ ਆ ਦਿੱਲੀ ਦੇ ਵਿੱਚ ਵੀ ਆ ਵੀ ਕਈ ਮਸਲੇ ਜਾਣਬੁੱਝ ਕੇ ਜਿਹੜੇ ਉੱਥੋਂ ਦੇ ਐਲ ਜੀ ਵੱਲੋਂ ਜਿਹੜੇ ਉਠਾਏ ਜਾ ਰਹੇ ਨੇ, ਜਿਨ੍ਹਾਂ ਦੀ ਕੋਈ ਤੁੱਕ ਨਹੀਂ ਬਣਦੀ ਹੁੰਦੀ। ਸਿਰਫ ਇੰਨਾ ਹੀ ਹੁੰਦਾ ਵੀ ਜਿਹੜੀ ਰਾਜ ਕਰ ਰਹੀ ਧਰ ਤੇ ਆਮ ਆਦਮੀ ਪਾਰਟੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪਰੇਸ਼ਾਨ ਕੀਤਾ ਜਾਵੇ ਅਤੇ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਾਹ ਗਿਰੇ। ਜੀ, ਦਿੱਲੀ ਦੀ ਤੁਸੀਂ ਸ਼ਰਾਬ ਨੀਤੀ ਦੀ ਗੱਲ ਕੀਤੀ ਹੈ ਕਿ ਹਾਲੇ ਤੱਕ ਸਾਹਮਣੇ ਨਹੀਂ ਆਇਆ ਕਿ ਘੁਟਾਲਾ ਅਸਲ ਦੇ ਵਿੱਚ ਹੋਇਆ ਵੀ ਹੈ ਕਿ ਨਹੀਂ, ਪਰ ਇਹੀ ਸ਼ਰਾਬ ਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਵੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਸਰਕਾਰ ਨੂੰ ਆਮਦਨ ਹੋਵੇ। ਪਰ ਦੂਜਾ ਪੱਖ ਇਹ ਵੀ ਹੈ ਨਾ ਕਿ ਲੋਕ ਜਿਹੜੇ ਨੇ ਸ਼ਰਾਬ ਤੋਂ ਇੱਕ ਪਾਸੇ ਜਿੱਥੇ ਸ਼ਰਾਬ ਨਸ਼ੇ ਤੋਂ ਦੂਰ ਕਰਨੇ ਚਾਹੀਦੇ ਨੇ, ਦੂਸਰੇ ਪਾਸੇ ਐਸੀਆਂ ਪਾਲਿਸੀਆਂ ਲਿਆਈਆਂ ਜਾ ਰਹੀਆਂ ਨੇ ਕਿ ਲੋਕਾਂ ਨੂੰ ਸ਼ਰਾਬ ਪੀਣ ਦੇ ਵੱਲ ਧਕੇਲਿਆ ਜਾਵੇ। ਅਜੇ ਇਹਦੇ ਵਿੱਚ ਸਰਕਾਰ ਦਾ ਕਿਹੜਾ ਪਹਿਲੂ ਜਿਹੜਾ ਸਾਹਮਣੇ ਆ ਰਿਹਾ? ਇਹ ਤਾਂ ਵੇਖੋ ਜੀ, ਇਹੀ ਤਾਂ ਸਰਕਾਰਾਂ ਦੀ ਦੋਗਲੀ ਨੀਤੀ ਆ। ਦੂਸਰੇ ਪਾਸੇ ਜਿਹੜੇ ਪੀਣ ਵਾਲੇ ਆ ਹੁਣ ਉਹ ਵੀ ਇਲਜ਼ਾਮ ਲਾ ਰਹੇ ਆ ਵੀ ਸ਼ਰਾਬ ਵੀ ਸਹੀ ਨਹੀਂ ਆ ਰਹੀ, ਅਤੇ ਜਿਹੜਾ ਸਰਕਾਰ ਚਾਹੁੰਦੀ ਆ ਵੀ ਵੱਧ ਤੋਂ ਵੱਧ ਸਾਨੂੰ ਉਹ ਤੋਂ ਮਾਲੀਆ ਮਿਲੇ, ਅਤੇ ਉਹ ਤਾਂ ਹੀ ਫਾਇਦਾ ਹੋਣਾ ਜੇ ਲੋਕ ਵੱਧ ਤੋਂ ਵੱਧ ਸ਼ਰਾਬ ਪੀਣਗੇ। ਤਾਂ ਸਿਰਫ ਇੱਕ ਸਰਕਾਰ ਕਹਿੰਦੀ ਨਹੀਂ, ਪ੍ਰਚਾਰ ਹੀ ਨਹੀਂ ਕਰਦੀ ਵੀ ਸ਼ਰਾਬ ਵੱਧ ਤੋਂ ਵੱਧ ਪੀਓ, ਬਾਕੀ ਜਿਹੜੀਆਂ ਪਾਲਿਸੀਆਂ ਸਰਕਾਰ ਦੀਆਂ ਇਸੇ ਤਰ੍ਹਾਂ ਦੀਆਂ ਨੇ। ਤੇ ਜੇ ਵੇਖੋ ਨਸ਼ੇ ਵੇਚ ਕੇ ਹੀ, ਸ਼ਰਾਬ ਵੀ ਤਾਂ ਇੱਕ ਨਸ਼ਾ ਵਾ, ਸਰਕਾਰਾਂ ਨੇ ਚੱਲਣਾ ਵਾ ਜਾਂ ਸਰਕਾਰਾਂ ਨੇ ਆਪਦੇ ਪ੍ਰਬੰਧ ਚਲਾਉਣੇ ਆ, ਤੇ ਮੈਂ ਨਾ ਇਦੋਂ ਘਟੀਆ ਗੱਲ ਕੋਈ ਸਰਕਾਰਾਂ ਵਾਸਤੇ ਹੋ ਨਹੀਂ ਸਕਦੀ। ਸਰਕਾਰਾਂ ਨੂੰ ਹੋਰਾਂ ਪਾਸਿਆਂ ਤੋਂ ਜਿਹੜੇ ਪ੍ਰਬੰਧ ਕਰਨੇ ਚਾਹੀਦੇ, ਅਸਾਂ ਕੋਈ ਇਸ ਪਾਸੇ ਦਾ ਲੋਕਾਂ ਨੂੰ ਘਟਾਉਣਾ ਚਾਹੀਦਾ ਵੀ ਉਹ ਸ਼ਰਾਬ ਘੱਟ ਤੋਂ ਘੱਟ ਪੀਣ, ਪਰ ਸਰਕਾਰ ਇਸ ਹਿਸਾਬ ਨਾਲ ਅੱਗੇ ਵੱਧ ਰਹੀ ਆ ਵੀ ਜਿਹੜੇ ਲੋਕ ਵੱਧ ਤੋਂ ਵੱਧ ਸ਼ਰਾਬ ਪੀਣ, ਜਿਹਦਾ ਮਾੜਾ ਪ੍ਰਭਾਵ ਲੋਕਾਂ ਦੀ ਸਿਹਤ 'ਤੇ ਵੀ ਪੈਣਾ ਵਾ। ਭਾਵੇਂ ਅੱਜ ਦਿਖਾਈ ਨਹੀਂ ਦਿੰਦਾ, ਜਦੋਂ ਲੋਕ ਜ਼ਿਆਦਾ ਸ਼ਰਾਬ ਪੀਣਗੇ ਅਤੇ ਉਹਨਾਂ ਨੇ ਬਿਮਾਰ ਵੀ ਹੋਣਾ, ਉਹਨਾਂ ਦੇ ਕਈ ਅੰਗ ਜਿਹੜੇ ਆ ਜਵਾਬ ਦੇ ਦੇਣੇ ਆ ਕੰਮ ਕਰਨ ਨੂੰ, ਅਤੇ ਫਿਰ ਵੀ ਜਿਹੜੀ ਦੇਸ਼ ਦੇ ਵਿੱਚ ਆ ਉਹ ਇੱਕ ਹਿਸਾਬ ਦੀ ਸਮੱਸਿਆ ਪੈਦਾ ਹੋ ਸਕਦੀ ਆ। ਸੋ ਸਰਕਾਰ ਨੂੰ ਚਾਹੀਦਾ ਵਾ ਵੀ ਲੋਕਾਂ ਨੂੰ ਚੰਗੇ ਪਾਸੇ ਲਾਵੇ, ਨਾ ਕਿ ਸ਼ਰਾਬ ਪੀਣ ਵੱਲ ਪ੍ਰੇਰਿਤ ਕਰੇ। ਜਿਹੜੀ ਦਿੱਲੀ ਦੀ ਨੀਤੀ ਆ ਸ਼ਰਾਬ ਦੀ, ਪਹਿਲਾਂ ਅਸੀਂ ਵੀ ਬੜੇ ਟਾਈਮ ਨਾਲ ਠੇਕੇ ਖੁੱਲ੍ਹਣੇ ਸਾਰਾ ਕੁਛ, ਇਹ ਕਈ ਲੋਕਾਂ ਦੀ ਮੰਗ ਸੀ ਕਈਆਂ ਗੱਲਾਂ ਵਾਸਤੇ, ਉਹ ਤਾਂ ਚਲੋ ਕਰਨੀ ਚਾਹੀਦੀ ਆ। ਪਰ ਜੇ ਕਿਸੇ ਕੰਪਨੀ ਨੂੰ ਜਾਂ ਫਾਇਦੇ ਦਿੱਤੇ ਜਾਂਦੇ ਨੇ ਕਿਸੇ ਵੀ ਸਰਕਾਰ ਵੱਲੋਂ ਹੋਵੇ, ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਕਿਸੇ ਸੂਬੇ ਦੇ ਵਿੱਚ ਹੋਰ ਜਿਹੜੀ ਪਾਰਟੀ ਦੀ ਸਰਕਾਰ ਆ, ਤਾਂ ਉਹਦੇ ਵੱਲ ਜ਼ਰੂਰ ਨਜ਼ਰ ਮਾਰਨੀ ਚਾਹੀਦੀ ਆ ਅਤੇ ਕਾਰਵਾਈ ਹੋਣੀ ਚਾਹੀਦੀ ਜੇ ਕੋਈ ਗਲਤ ਕਰਦਾ। ਅਤੇ ਵੇਖੋ ਸਰਕਾਰਾਂ ਪਾਲਿਸੀਆਂ ਬਦਲਦੀਆਂ ਆਈਆਂ, ਅਤੇ ਹਰੇਕ ਸਰਕਾਰ ਨੂੰ ਇਹ ਹੱਕ ਵੀ ਹੁੰਦਾ ਵੀ ਉਹ ਪਾਲਿਸੀ ਬਦਲੇ। ਜਿਹੜੀ ਲੰਮੇ ਸਮੇਂ ਤੋਂ ਉੱਥੋਂ ਦਿੱਲੀ ਦੀ ਪਾਲਿਸੀ ਚੱਲ ਰਹੀ ਸੀ, ਜੇ ਉਹਨੂੰ ਬਦਲ ਦਿੱਤਾ ਵਾ ਤਾਂ ਕੋਈ ਐਡੀ ਵੱਡੀ ਗੱਲ ਵੀ ਨਹੀਂ, ਕਿਉਂਕਿ ਸਰਕਾਰ ਨੇ ਫਿਰ ਦੁਬਾਰਾ ਜਿਹੜਾ 2022 ਦੇ ਵਿੱਚ ਉਹੀ ਪੁਰਾਣੀ ਜਿਹੜੀ ਪਾਲਿਸੀ ਸੀ ਉਸੇ ਨੂੰ ਫਿਰ ਲਾਗੂ ਕਰ ਦਿੱਤਾ ਵਾ,
ਤੇ ਜਿਹੜੀ ਨਵੀਂ ਪਾਲਿਸੀ ਸੀ ਉਹ ਵਾਪਸ ਲੈ ਲਈ ਆ। ਕਈ ਵਾਰ ਹੁੰਦਾ ਵੀ ਸਰਕਾਰ ਨਵੀਆਂ ਪਾਲਿਸੀਆਂ ਬਣਾਉਂਦੀ ਆ, ਉਹਦੇ ਵਿੱਚ ਮੁੜ ਕੇ ਬਾਅਦ 'ਚ ਪਤਾ ਲੱਗਦਾ ਵੀ ਇਹਦੇ ਵਿੱਚ ਆ ਖਾਮੀਆਂ ਨੇ, ਤੇ ਉਹਨਾਂ ਖਾਮੀਆਂ ਨੂੰ ਦੂਰ ਕਰਨਾ ਚਾਹੀਦਾ। ਬਿਲਕੁਲ ਜੀ। ਔਰ ਹੁਣ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਹੈ ਉਸ ਦਾ ਮਸਲਾ ਭਖਿਆ ਹੋਇਆ ਇਸ ਵੇਲੇ। ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਅਰਵਿੰਦ ਕੇਜਰੀਵਾਲ 'ਤੇ ਲਟਕਦੀ ਹੋਈ ਨਜ਼ਰ ਆ ਰਹੀ ਹੈ। ਅਜਿਹੇ ਦੇ ਵਿੱਚ ਦਿੱਲੀ ਸਰਕਾਰ ਦਾ ਕੀ ਬਣਨ ਵਾਲਾ, ਇਹ ਵੱਡਾ ਸਵਾਲ ਖੜਾ ਹੋ ਰਿਹਾ। ਉਸ ਮਸਲੇ 'ਤੇ ਵੀ ਅਸੀਂ ਜ਼ਰੂਰ ਚਰਚਾ ਕਰਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਦ ਟੀਵੀ ਐਨ ਆਰ ਆਈ।